हाँ जी जी सत श्री अकाल जी। जिवें तुहानू सारयां नू पता है कि मास्टर केडर पंजाबी दीआं पोस्टां आ रहीआं, उहदे लई मैं कुछ प्रश्न तुहाडे सामने रखांगी जिन्हां दी 100% श्योरिटी है कि उह पेपर विच जरूर आणगे। तां तुसीं ध्यान नाल उहनां प्रश्नां नू तैयार कर सकदे हो। पहला प्रश्न, भारतीय द्रविड़ परिवार विच इह भाषा शामिल नहीं, उह है उड़िया। ग्रीटसन ने भारत दीआं किन्नीआं उपभाषावां दा सर्वेखण कीता? 544। ਭਾਸ਼ਾ ਅਤੇ ਉਪਭਾਸ਼ਾ ਵਿੱਚ ਉਸੇ ਤਰ੍ਹਾਂ ਅੰਤਰ ਹੁੰਦਾ ਹੈ ਜਿਵੇਂ ਸੱਭਿਆਚਾਰ ਦਾ ਉਪ ਸੱਭਿਆਚਾਰ ਨਾਲ। ਇਹਨਾਂ ਵਿੱਚੋਂ ਕਿਹੜਾ ਵਿਦਵਾਨ ਪੰਜਾਬੀ ਅਤੇ ਲਹਿੰਦੀ ਨੂੰ ਇੱਕ ਨਹੀਂ ਮੰਨਦਾ? ਗ੍ਰਿਸਨ। ਮਲਵਈ ਵਿੱਚ ਵਾਵਾ ਧੁਨੀ ਦਾ ਉਚਾਰਨ ਕੀਤਾ ਜਾਂਦਾ ਹੈ? ਬੱਬਾ। ਇਹਨਾਂ ਵਿੱਚੋਂ ਗੁਰਮੁਖੀ ਦੀ ਕਿਹੜੀ ਮਾਤਰਾ ਨਾਲ ਟਿੱਪੀ ਨਹੀਂ ਲੱਗਦੀ? ਲਾ ਨਾਲ। ਭਾਸ਼ਾ ਵਿਗਿਆਨ ਭਾਸ਼ਾ ਦੇ ਅਧਿਐਨ ਦੀ ਇੱਕ ਵਿਗਿਆਨਕ ਵਿਧੀ ਹੈ? ਕਥਨ ਦਿੱਤਾ ਹੈ ਡੇਵਿਡ ਕ੍ਰਿਸਟਲ ਨੇ। ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਵਾਕ ਹੈ ਅਤੇ ਸਭ ਤੋਂ ਨਿੱਕੀ ਇਕਾਈ ਹੈ ਧੁਨੀ। ਉਪ ਉਹ ਸ਼ਬਦ ਸਮੂਹ ਜਿਸ ਦਾ ਆਪਣਾ ਕਰਤਾ ਅਤੇ ਵਿਧੇ ਨਾ ਹੋਵੇ ਅਖਵਾਉਂਦਾ ਹੈ ਵਾਕੰਸ਼। ਰੂਪਗ੍ਰਾਮ ਸ਼ਬਦ ਦੀ ਕਿਹੜੀ ਇਕਾਈ ਹੈ? ਲਘੂਤਮ। ਕਿਹੜੇ ਬੰਦੇਜੀ ਰੂਪਗ੍ਰਾਮ ਹੀ ਹੁੰਦੇ ਹਨ? ਵਧੇਤਰ। ਅਰਥ ਵਿਗਿਆਨ ਭਾਸ਼ਾ ਦੇ ਕਿਸ ਪੱਖ ਨਾਲ ਸੰਬੰਧਿਤ ਹੈ? ਸ਼ਬਦਾਂ ਵਾਕਾਂ ਦੇ ਅਰਥ ਅਤੇ ਪਰਿਵਰਤਨ ਨਾਲ। ਸੰਰਚਨਾਤਮਕ ਭਾਸ਼ਾ ਵਿਗਿਆਨ ਦਾ ਆਧਾਰ ਹੈ ਭਾਸ਼ਾਈ ਸੰਰਚਨਾ। ਕਿਹੜੇ ਭਾਸ਼ਾ ਵਿਗਿਆਨੀ ਨੇ ਭਾਸ਼ਾ ਨੂੰ ਚਿੰਨ੍ਹਾਂ ਦੀ ਪ੍ਰਣਾਲੀ ਕਿਹਾ ਹੈ? ਸੋਸਿਊਰ। ਸਾਸਿਊਰ ਨੇ ਕਿਸੇ ਭਾਸ਼ਾ ਤੋਂ ਭਾਸ਼ਾ ਰੂਪਾਂ ਦੇ ਸਿਸਟਮ ਨੂੰ ਆਖਿਆ? ਲੌਂਗ। ਬੋਲੀ ਉਚਾਰ ਨੂੰ ਸਸਿਊਰ ਨੇ ਕਿਹੜਾ ਨਾਮ ਦਿੱਤਾ ਹੈ? ਪੈਰੋਲ। ਕਿਹੜੇ ਅੱਧ ਸੁਰ ਪੰਜਾਬੀ ਵਿੱਚ ਬਹੁਤ ਘੱਟ ਵਰਤੇ ਜਾਂਦੇ ਹਨ? ਵਊਆ ਅਤੇ ਯਈਆ। ਨਾਨਾ ਧੁਨੀ ਹੈ ਨਾਸਕੀ। ਉਹ ਧੁਨੀ ਪੰਜਾਬੀ ਵਿੱਚ ਹੈ ਸਵਰ। ਦੰਤੀ ਧੁਨੀਆਂ ਵਿੱਚ ਕਿਹੜੇ ਸ਼ਾਮਲ ਨਹੀਂ? ਬੱਬਾ। ਪੰਜਾਬੀ ਦੇ ਕਿਰਿਆਵੀ ਵਾਕਾਂ ਦੀ ਕਿਹੜੀ ਕਿਸਮ ਨਹੀਂ ਹੈ? ਨਹਾਵਾਚਕ ਵਾਕ। ਉਸ ਤੋਂ ਬਾਅਦ, ਪੰਜਾਬੀ ਵਿੱਚ ਕਿੰਨਾ ਇਕਾਈਆਂ ਦਰਮਿਆਨ ਵਿਆਕਰਨਕ ਮੇਲ ਸਥਾਪਿਤ ਨਹੀਂ ਹੁੰਦਾ? ਨਾਂਵ ਅਤੇ ਵਿਸ਼ੇਸ਼ਣ। ਸ਼ਬਦ ਅਤੇ ਉਪਵਾਕ ਦੇ ਦਰਮਿਆਨ ਵਾਲੀ ਵਿਆਕਰਨਕ ਇਕਾਈ ਨੂੰ ਆਖਦੇ ਹਨ ਵਾਕੰਸ਼। ਸ਼ਬਦ ਦਾ ਧੁਨੀਆਤਮਕ ਸਰੂਪ ਸਾਦੰਸ਼ ਹੈ ਅਤੇ ਇਸਦਾ ਪ੍ਰਕਾਰਜੀ ਸਰੂਪ ਰੂਪਗ੍ਰਾਮ ਭਾਵਸ਼। ਭਾਸ਼ਾ ਦਾ ਵਾਸਤਵਿਕ ਸਰੂਪ ਹੁੰਦਾ ਹੈ ਮੌਖਿਕ ਉਚਾਰ। ਭਾਸ਼ਾ ਦਾ ਅਧਿਐਨ ਪ੍ਰਮੁੱਖ ਤੌਰ 'ਤੇ ਅਧਿਐਨ ਹੈ ਮੌਖਿਕ ਭਾਸ਼ਾ ਦਾ। ਪੰਜਾਬੀ ਭਾਸ਼ਾ ਸਰੋਤ ਅਤੇ ਸਰੂਪ ਪੁਸਤਕ ਲਿਖੀ ਹੈ ਬੂਟਾ ਸਿੰਘ ਬਰਾੜ ਜੀ ਦੀ। ਭਾਸ਼ਾ ਵਿਗਿਆਨ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਪੁਸਤਕ ਲਿਖੀ ਹੈ ਸ਼ੈਰੀ ਸਿੰਘ ਅਤੇ ਬ੍ਰਹਮ ਜਗਦੀਸ਼ ਸਿੰਘ ਜੀ। ਭਾਸ਼ਾ ਅਤੇ ਭਾਸ਼ਾ ਵਿਗਿਆਨ ਰਚਿਤ ਪੁਸਤਕ ਹੈ ਹਰਕੀਰਤ ਸਿੰਘ ਜੀ ਦੀ। ਪੰਜਾਬੀ ਭਾਸ਼ਾ ਵਿਗਿਆਨ ਪੁਸਤਕ ਰਚਿਤ ਹੈ ਕਾਲਾ ਸਿੰਘ ਬੇਦੀ। ਪੰਜਾਬੀ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ 1969 ਵਿੱਚ ਹੋਈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਸਥਾਪਨਾ 1954 ਵਿੱਚ ਹੋਈ। ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਮਿਲਿਆ ਹੈ 1966 ਵਿੱਚ। ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਸਥਾਨ ਗ੍ਰਹਿਣ 1956 ਵਿੱਚ। ਪਟਿਆਲਾ ਸਟੇਟ ਵੱਲੋਂ ਪੰਜਾਬੀ ਭਾਸ਼ਾ ਨੂੰ ਮਾਨਤਾ ਪ੍ਰਾਪਤ ਹੋਈ ਹੈ 1948 ਵਿੱਚ। ਭਾਸ਼ਾ ਦੇ ਆਧਾਰ 'ਤੇ ਨਵੇਂ ਪੰਜਾਬ ਦੀ ਸਥਾਪਨਾ 1966 ਵਿੱਚ। ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੀ ਸਥਾਪਨਾ 1956 ਵਿੱਚ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਸਥਾਪਨਾ 1954 ਵਿੱਚ। ਜੇ ਬੀ ਸਿੰਘ ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ ਪੁਸਤਕ ਦੇ ਰਚਿਤਾ ਹਨ। ਕਾਲਾ ਸਿੰਘ ਬੇਦੀ ਦੁਆਰਾ ਰਚਿਤ ਪੁਸਤਕ ਹੈ ਲਿਪੀ ਦਾ ਵਿਕਾਸ। ਪਿਆਰਾ ਸਿੰਘ ਪਦਮ ਦੀ ਰਚਿਤ ਪੁਸਤਕ ਹੈ ਗੁਰਮੁਖੀ ਲਿਪੀ ਦਾ ਇਤਿਹਾਸ। ਬ੍ਰਹਮ ਜਗਦੀਸ਼ ਸਿੰਘ ਜੀ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ। ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ, ਇੱਥੇ ਬ੍ਰਹਮ ਜਗਦੀਸ਼ ਜੀ ਨੇ ਗੁਰਬਾਣੀ ਉੱਤੇ ਵੀ ਕਾਫੀ ਪੁਸਤਕਾਂ ਲਿਖੀਆਂ ਨੇ। ਦੂਨੀ ਚੰਦ ਜੀ ਦੀ ਰਚਿਤ ਪੁਸਤਕ ਹੈ ਪੰਜਾਬੀ ਭਾਸ਼ਾ ਦਾ ਵਿਕਾਸ। ਸੰਤ ਸਿੰਘ ਸੇਖੋ ਪੰਜਾਬੀ ਬੋਲੀ ਦਾ ਇਤਿਹਾਸ। ਪ੍ਰੇਮ ਪ੍ਰਕਾਸ਼ ਜੀ ਦੀ ਰਚਿਤ ਪੁਸਤਕ ਹੈ ਪੰਜਾਬੀ ਭਾਸ਼ਾ ਦਾ ਜਨਮ ਅਤੇ ਵਿਕਾਸ। ਤਰਲੋਚਨ ਸਿੰਘ ਬੇਦੀ ਜੀ ਦੀ ਰਚਿਤ ਪੁਸਤਕ ਹੈ ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ। ਭਾਰਤੀ ਕਾਵਿ ਸ਼ਾਸਤਰ ਅਨੁਸਾਰ ਕਾਵਿ ਦਾ ਪ੍ਰਕਾਰਜ ਹੈ ਧਰਮ, ਅਰਥ, ਕਾਮ, ਮੋਕਸ਼। ਮੁਕਤਕ ਕਾਵਿ ਦਾ ਆਧਾਰ ਹੈ ਬਿਰਤਾਂਤ। ਧੁਨੀ ਸਿਧਾਂਤ ਦਾ ਸੰਸਥਾਪਕ ਹੈ ਆਨੰਦ ਵਰਧਨ।
रस निष्पत्ति का आधार है विभाव अनुभाव विचारी का संयोग। सरचनावाद का किस प्रणाली नाल नेड़ला संबंध है? मनोविज्ञानक प्रणाली। चिन्ह विज्ञानक प्रणाली का मोढ़ी विद्वान है सस्यूर। नाट्य शास्त्र का निर्माता है भरतमुनि। रीति संप्रदाय का मोढ़ी है वामन। काव्य हुंदा है कवि परक। काव्य दे तत्व विचार विच शामिल हुंदा है बुद्धि तत्व। मनोभाव किस काव्य दा तत्व विच शामिल हन? भाव। कवि दा अनुभव किस काव्य तत्व विच आउंदा है? बुद्धि। साधारणीकरण दा संबंध किस संप्रदाय नाल है? रस। आलंबन भेद है विभाव दा। उदीपन भेद है विभाव दा। वीर रस विच आलंबन केड़ा है? बहादुर योद्धा। रूपक प्रतीक दा सहायक है। इस तो अगे प्रश्न ने प्रतीक बिंब दा सहायक है। अनुभाव दे सही प्रकार हन आंगिक वाचक आहार्या सात्विक। रूपक बन सकदा है प्रतीक। केड़ा छंद वर्णिक हुंदा है? कबित। केड़ा छंद अरबी तो लिया गया है? बैन। रस नूं काव्य दी आत्मा किसने क्या है? भरतमुनि। विश्वनाथ ने किस तुनी नूं काव्य दी आत्मा मनिया है? रस तुनी। सॉफ्ट सिद्धांत दा संबंध है तुनी। काफी केड़ा रूप है? प्रगीत। अलंकारा नूं काव्य दी आत्मा सब तो पहले किसने क्या है? मम्मट। ये बहुत ही महत्वपूर्ण प्रश्न है। अलंकारा नूं काव्य दी सब तो पहले आत्मा किसने क्या है? मम्मट। बाकी प्रश्न जो है असी अगली वीडियो में शेयर करांगे अते इन्ना प्रश्नां नूं तुसी तुरदे फिरदे जां किसी भी तरह सुन सकदे हो। धन्यवाद।